1100 मुर्गी 60 किलो वेट दिंदी है जी। 60 किलो वेट ना रोज दी ना वधिया मछियां पड़ रही हैं जी। वधिया धंधा है ये, खेतीबाड़ी दे नाल इह वी सहायक धंधा है ते खर्चा घट है। 11 खर्चा करके 10 साल वधिया आमदन दिंदा है। ਇਹਨੂੰ 1100 ਫੀਟ ਪਾ ਦਈਦਾ ਜੀ, ਪਾਣੀ ਚੱਲੀ ਜਾਂਦਾ ਬਸ। ਸ਼ਾਮ ਨੂੰ ਇਹਨਾਂ ਦੇ ਆਂਡੇ ਚੱਕ ਲਾਂਗੇ, ਬਸ ਇਹਦਾ ਇੰਨਾ ਖਿੱਚਦਾ। ਥੱਲੇ ਦੀਆਂ ਟਰੈਕਟ ਬੱਚਾਂ ਡਿੱਗਦੀਆਂ ਕਰਾਂਗੇ ਜੀ, ਜਿਹੜੀ ਬੈਠਾ ਥੱਲੇ ਡਿੱਗਣ ਸਾਰੇ ਪਾਣੀ 'ਚ ਘੁਲ ਜਾਂਦੀ ਹੈ ਜੀ। ਹਾਂ, ਮੱਛੀ ਨੇ ਜਿਹੜੀ ਖੁਰਾਕ ਲੈਣੀ ਹੈ ਉਹ ਪਾਣੀ ਤੋਂ ਹੀ ਲੈਣੀ ਹੈ ਜੀ। ਹਾਂ, ਮੱਛੀ ਸਾਰੀ ਜ਼ਿਆਦਾਤਰ ਇਹਦੇ ਥੱਲੇ ਹੀ ਆਉਂਦੀ ਹੈ ਜੀ, ਇੱਥੋਂ ਖੁਰਾਕ ਲੈ ਕੇ ਲੰਘ ਜਾਂਦੀ ਹੈ। ਉਪਰਾਲ ਕਿੰਨੀਆਂ ਇਨਕਮ ਕੱਢਦੇ ਹੋ ਤੁਸੀਂ ਸਾਲ ਦੀ ਦੋਵਾਂ ਕੰਮਾਂ 'ਚੋਂ? ਮੱਛੀ ਦੀ ਤਾਂ ਇੰਨੀ ਮੰਗ ਹੈ ਜੀ, ਰੋਜ਼ ਦੇ 5-5, 10-10 ਫੋਨ ਆਉਂਦੇ ਆ। ਲੁਧਿਆਣੇ ਤੋਂ ਪਾਲਟੀਆਂ ਆਉਂਦੀਆਂ ਜੀ। ਮੱਛੀ ਫਾਰਮ ਬਣਾਇਆ ਹੋਇਆ, ਪੋਲਟਰੀ ਫਾਰਮ ਹੈ ਜੀ, ਪਸ਼ੂਆਂ ਦਾ ਕੰਮ ਵੀ ਹੈ ਜੀ, ਖੇਤੀਬਾੜੀ ਦੇ ਨਾਲ ਨਾਲ ਤਿੰਨੇ ਕੰਮ ਹੈ। ਕੋਈ ਵਾਲਾ ਇਹਦੇ ਖਰਚਾ ਨਹੀਂ ਆਉਂਦਾ, ਵੀ ਕੰਮ ਵਧੀਆ ਹੈ। ਪ੍ਰੋ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਸਿਮਰਨਜੀਤ ਸਿੰਘ। ਕਣਕ ਝੋਨੇ ਦੇ ਗੇੜ 'ਚੋਂ ਕਿਵੇਂ ਨਿਕਲਿਆ ਜਾਵੇ, ਇਸ ਦੇ ਉੱਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਕੁਝ ਕਿਸਾਨ ਜਿਹੜੇ ਅਜਿਹੇ ਵੀ ਨੇ ਜਿਨ੍ਹਾਂ ਨੇ ਸਹਾਇਕ ਧੰਦੇ ਅਪਣਾਏ ਆ, ਖਾਸ ਕਰ ਪਸ਼ੂ ਧੰਨ ਦੀ ਜੇ ਗੱਲ ਕਰ ਲਈਏ। ਅੱਜ ਮੇਰੇ ਨਾਲ ਬਾਈ ਮਨਜੀਤ ਸਿੰਘ ਨੇ, ਬਾਈ ਮਨਜੀਤ ਸਿੰਘ ਅਤੇ ਬਾਈ ਹੋਰਾਂ ਦੇ ਭਰਾ ਚਮਕੌਰ ਸਿੰਘ ਹੋਰਾਂ ਨੇ ਮੱਛੀ ਪਾਲਣ ਦਾ ਧੰਦਾ ਅਪਣਾਇਆ ਅਤੇ ਜਿਹੜਾ ਇਹਨਾਂ ਦਾ ਪੌਂਡ ਹੈ, ਮੱਛੀਆਂ ਰੱਖੀਆਂ ਜਿਸ ਦੇ ਵਿੱਚ, ਉਹਦੇ ਵਿੱਚ ਹੀ ਪੋਲਟਰੀ ਫਾਰਮ ਬਣਾਇਆ। ਅਤੇ ਸਾਡੇ ਨਾਲ ਨੇ ਬਾਈ ਹੋਰੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਠਾਕ ਹੋ ਜੀ? ਠੀਕ ਠਾਕ ਜੀ। ਬਾਈ ਜੀ, ਜਿਵੇਂ ਮੈਂ ਗੱਲ ਕਰ ਰਿਹਾ ਕਿ ਕਣਕ ਝੋਨੇ ਦੇ ਗੇੜ 'ਚੋਂ ਕਿਵੇਂ ਨਿਕਲਿਆ ਜਾਵੇ, ਇਹ ਇਹਦੇ 'ਤੇ ਕੰਮ ਕਰ ਰਹੇ ਹਾਂ ਅਸੀਂ ਵੀ, ਹੋਰ ਫਸਲਾਂ ਬੀਜੀਆਂ ਜਾਣ, ਬਾਗਬਾਨੀ ਵੱਲ ਵਧਿਆ ਜਾਵੇ, ਨਾਲ ਨਾਲ ਸਹਾਇਕ ਧੰਦੇ ਵੀ ਕਿਸਾਨ ਅਪਣਾ ਰਹੇ ਆ, ਜਿਵੇਂ ਤੁਸੀਂ ਮੱਛੀਆਂ ਪਾਲੀਆਂ ਹੋਈਆਂ ਨੇ। ਹਾਂਜੀ, ਮੱਛੀ ਫਾਰਮ ਬਣਾਇਆ ਹੋਇਆ, ਪੋਲਟਰੀ ਫਾਰਮ ਹੈ ਜੀ, ਪਸ਼ੂਆਂ ਦਾ ਕੰਮ ਵੀ ਹੈ ਜੀ, ਖੇਤੀਬਾੜੀ ਦੇ ਨਾਲ ਨਾਲ ਤਿੰਨੇ ਕੰਮ ਹੈ ਜੀ। ਵਧੀਆ ਕੰਮ ਆ ਜੀ, ਮਿਹਨਤ ਕਰਦੇ ਹਾਂ, ਕੋਈ ਕਿਸੇ ਵੀ ਕੰਮ 'ਚ ਕੋਈ ਦਿੱਕਤ ਨਹੀਂ ਜੀ। ਬਾਈ, ਕਿੰਨੀ ਬਾਈ ਆ ਤੁਹਾਡੀ ਆਪਦੀ? ਸਾਡੀ ਹੈਗੀ ਬਾਈ ਜੀ 70-80 ਕਿੱਲਿਆਂ ਦੀ ਖੇਤੀ ਹੈ ਜੀ, 18-19 ਕਿੱਲੇ ਆਪਦੇ ਆ ਜੀ, ਦੂਜਾ ਵਾਹਣ ਸਾਰਾ ਠੇਕੇ 'ਤੇ ਹੀ ਹੈ ਜੀ, ਥਾਂ ਠੇਕੇ 'ਤੇ ਲੈ ਕੇ ਕਰਦੇ ਹਾਂ, ਕੋਈ ਐਸੀ ਗੱਲ ਨਹੀਂ ਵੀ ਨਹੀਂ ਪੈਸੇ ਬਚਦੇ, ਵਧੀਆ ਬਚਦੇ ਆ। ਨਾਲ ਨਾਲ ਤੁਸੀਂ ਮੱਛੀਆਂ ਪਾਲੀਆਂ ਹੋਈਆਂ? ਹਾਂ, ਮੱਛੀ ਫਾਰਮ ਬਣਿਆ ਵਾ ਜੀ ਸਨ 95 ਤੋਂ ਲੈ ਕੇ ਜੀ। ਹਾਂ, 11-12 'ਚ ਪੋਲਟਰੀ ਫਾਰਮ ਇਹਦੇ ਵਿੱਚ ਬਣਾ ਲਿਆ ਸੀਗਾ ਜੀ। ਹਾਂਜੀ ਹਾਂ, ਇਹ ਐਂ ਨਾ ਜੀ, ਜਿਹੜੀ ਮੱਛੀ ਫਾਰਮ ਹੈ ਇਹਨੂੰ ਫੀਡ ਪਾਉਣੀ ਬਹੁਤ ਔਖੀ ਹੈ ਜੀ, ਪਾਣੀ ਦੇ ਵਿੱਚ ਐਂ ਆਪਾਂ ਫੀਡ ਪਾਉਂਦੇ ਨਹੀਂ ਤਾਂ ਮੱਛੀ ਫਾਰਮ ਫੇਲ ਹੁੰਦੇ ਆ ਜੀ। ਇਹ ਫਿਰ ਦਿਮਾਗ 'ਚ ਬਸ ਸੋਚਿਆ, ਪਰਮਾਤਮਾ ਵੱਲੋਂ ਕੋਈ ਦਿਮਾਗ 'ਚ ਗੱਲ ਆ ਗਈ ਵੀ ਪੋਲਟਰੀ ਫਾਰਮ ਇਹਦੇ ਵਿੱਚ ਲਾਇਆ ਜਾਵੇ। ਉਹ ਫਿਰ ਇਹਦੇ ਵਿੱਚ ਪੋਲਟਰੀ ਫਾਰਮ ਲਾਇਆ ਜੀ, ਬੀਮ ਭਰ ਕੇ। ਇਹ ਪਤਾ ਕਰਿਆ ਜੀ ਟਿੰਕੂ ਪੋਲਟਰੀ ਫਾਰਮ ਆ ਤਪੇ ਵਾਲੇ, ਉਹਨਾਂ ਨੂੰ ਪੁੱਛਿਆ ਵੀ 60 ਕਿਲੋ ਤਕਰੀਬਨ ਪਿੱਠ ਬਾਰੇ ਜਾਣਕਾਰੀ ਉਹਨਾਂ ਨੂੰ ਲਈ, ਉਹਨਾਂ ਨੇ ਦੱਸਿਆ ਵੀ 1100 ਮੁਰਗੀ 60 ਕਿਲੋ ਵਿੱਟ ਦਿੰਦੀ ਹੈ ਜੀ, 60 ਕਿਲੋ ਵਿੱਟ ਨਾਲ ਰੋਜ਼ ਦੀ ਨਾ ਵਧੀਆ ਮੱਛੀਆਂ ਪੜ ਰਹੀਆਂ ਜੀ। ਜਦੋਂ ਤੇ ਪੋਲਟਰੀ ਫਾਰਮ ਲਾਇਆ, ਮੱਛੀ ਫਾਰਮ ਦੇ ਵਿੱਚ ਕੋਈ ਫੀਡ ਨਹੀਂ ਪਾਈ ਮੱਛੀ ਫਾਰਮ। ਤੁਸੀਂ ਕਿੱਥੋਂ ਲਿਆਂਦੀ ਫਿਰ ਮੱਛੀ? ਮੱਛੀ ਤਾਂ ਇਹ ਮਤਲਬ ਆ ਜਿਵੇਂ ਬੇਨੜਾ ਸੰਗਰੂਰ ਹੈ, ਸਰਕਾਰੀ ਫਾਰਮ ਹੈ ਜੀ, ਉੱਥੋਂ ਲਿਆਉਂਦੇ ਹਾਂ ਸਾਲ ਦੀ ਸਾਲ ਬੱਚਾ ਜੀ। 50,000 ਬੱਚਾ ਪਾਉਂਦੇ, ਮੰਨ ਲਓ 5,000 ਰੁਪਈਏ ਦਾ ਜੀ। ਹਾਂਜੀ, 50,000 ਬੱਚਾ ਕਿੰਨੇ ਦਾ ਪੈਂਦਾ ਤੁਹਾਨੂੰ? 5,000 ਰੁਪਈਏ ਦਾ ਜੀ, 100 ਰੁਪਏ 1,000 ਹੁੰਦਾ ਜੀ। ਹਾਂਜੀ ਹਾਂ ਹਾਂ, ਸਾਲ ਬਾਅਦ ਇਹਦਾ ਇੰਨਾ ਹੀ ਖਰਚਾ ਜੀ, 5,000 ਰੁਪਈਏ ਦਾ। ਹਾਂਜੀ, ਹੋਰ ਕੋਈ ਖਰਚਾ? ਬਸ ਹੋਰ ਇਹ 10 ਸਾਲਾਂ ਬਾਅਦ ਸਾਫ਼ ਸਫਾਈ ਕਰਨੀ ਪੈਂਦੀ ਹੈ ਜੀ, ਪਾਉਣ ਦੀ ਜਾਂ ਉਹ ਖਰਚਾ, ਹੋਰ ਇਹਦੇ ਕੋਈ ਦਿੱਕਤ ਨਹੀਂ। ਧਾਗਾ ਲਾਇਆ ਵਾ, ਮੋਟਰ ਪਾਣੀ ਚੱਲਦਾ ਇਹਦੇ 'ਚ ਪੈਂਦਾ। ਮੋਟਰ ਤਾਂ ਜਿਹੜੀ ਖੇਤੀਬਾੜੀ ਵਾਲੀ ਆ ਉਹਦਾ ਹੀ ਪਾਣੀ ਵਰਤਦੇ ਹਾਂ। ਉਹ ਮਸ਼ੀਨ ਲਾਈ ਵੀ ਆ ਤੁਸੀਂ ਵਿੱਚ? ਉਹਦਾ ਏਰੀਏਟਰ ਹੈ ਜੀ, ਉਹ ਤੜਕੇ ਵੇਲੇ ਘੰਟਾ ਡੇਢ ਘੰਟਾ ਚਲਾਉਂਦੇ ਹਾਂ ਜੀ, ਜਿਵੇਂ ਸੁਬਾਹ ਜਿਹੜੀ ਆਕਸੀਜਨ ਹੈ ਵੀ ਇਹਦੀ ਆਕਸੀਜਨ ਨਾਲ ਬੈਠੇ ਛੱਪੜ ਦੀ, ਕਿਤੇ ਵੀ ਆਕਸੀਜਨ ਨਹੀਂ ਬੈਠੀ ਜੀ, ਉਹਦੀ ਖਾਤਰ ਲੱਗਿਆ ਹੋਇਆ ਜੀ। ਉਹ ਕਿੰਨੇ ਦਾ ਹੁੰਦਾ? ਉਹ ਤਕਰੀਬਨ 30-35,000 ਦਾ ਆਇਆ ਸੀਗਾ ਜੀ। ਹਾਂਜੀ, ਅਤੇ ਤੁਹਾਡਾ ਕਿੰਨੇ ਵਾਹਣ ਦੇ ਵਿੱਚ ਪਾਉਂਡ ਆ ਇਹ? ਇਹ ਮੰਨ ਲਓ 2.5 ਏਕੜਾਂ 'ਚ ਪਾਉਂਡ ਆ ਜੀ, 2 ਏਕੜ 'ਚ ਮੇਰੇ ਹਿਸਾਬ ਨਾਲ ਪਾਣੀ ਹੋਊਗਾ ਜੀ। 2 ਏਕੜ 'ਚ ਪਾਣੀ ਆ, 2 ਏਕੜ 'ਚ ਇੱਕੋ ਉਹਦੀ ਲੋੜ ਆ ਏਰੀਏਟਰ ਦੀ? ਹਾਂਜੀ ਹਾਂਜੀ, ਇੱਕੋ ਏਰੀਏਟਰ ਲੱਗਿਆ ਵਾ, ਵਧੀਆ ਮੱਛੀ ਪਾਲ ਰਹੀ ਹੈ ਜੀ। ਮੈਂ ਚਾਹੂੰਗਾ ਤੁਸੀਂ ਜਾਨਵਰ ਵੀ ਦਿਖਾਓ ਸਾਨੂੰ, ਹੈ ਨਾ, ਜਿਹੜੇ ਪੋਲਟਰੀ ਫਾਰਮ ਆ ਅਤੇ ਬੈਠਾਂ ਕਿਵੇਂ ਡੈਕਦੀਆਂ ਆਪਾਂ, ਉਹ ਵੀ ਮੈਂ ਚਾਹੂੰਗਾ ਦਿਖਾ ਦਈਏ ਕੈਮਰੇ ਰਾਹੀਂ। ਮੈਂ ਚਾਹੂੰਗਾ ਅੰਦਰ ਆ ਕੇ ਤਸਵੀਰਾਂ ਜਿਹੜੀਆਂ ਇਹ ਦਿਖਾ ਦਿੱਤੀਆਂ ਜਾਣ। ਹੁਣ ਅਸੀਂ ਅੰਦਰ ਆ ਗਏ ਹਾਂ ਅਤੇ ਤੁਹਾਨੂੰ ਬਾਹਰ ਪੌਂਡ ਵਿਖਾਇਆ ਅਤੇ ਅੰਦਰ ਜਿਹੜਾ ਇਹਨਾਂ ਦਾ ਇਹ ਪੋਲਟਰੀ ਫਾਰਮ ਆ। ਆਹ ਹੁਣ ਮੁਰਗੀ ਫਾਰਮ ਹੈ ਜੀ ਸਾਹਮਣੇ ਤੁਹਾਡੇ? ਅੱਛਾ ਜੀ। ਹਾਂ, ਇਹਨੂੰ 1100 ਫੀਟ ਪਾ ਦਈਦਾ ਜੀ, ਪਾਣੀ ਚੱਲੀ ਜਾਂਦਾ ਬਸ। ਸ਼ਾਮ ਨੂੰ ਇਹਨਾਂ ਦੇ ਆਂਡੇ ਚੱਕ ਲਾਂਗੇ, ਬਸ ਇਹਦਾ ਇੰਨਾ ਖਿੱਚਦਾ। ਥੱਲੇ ਦੀਆਂ ਟਰੈਕਟ ਬੱਠਾਂ ਡਿੱਗਦੀਆਂ ਕਰਾਂਗੇ ਜੀ, ਦਿਖਾ ਦਿਓ। ਮੈਂ ਚਾਹੂੰਗਾ ਨੀਚੇ ਜ਼ੂਮ ਕਰਕੇ ਦਿਖਾ ਦਿਓ, ਸੁਮਿਤ ਨੀਚੇ ਨਾ ਜ਼ੂਮ ਕਰਕੇ, ਜਿੱਥੇ ਪੈਰ ਆ ਮੁਰਗੀਆਂ ਦੇ ਉਹਦੇ ਨੀਚੇ ਪਾਣੀ ਆ,
ਇਹ ਤੁਸੀਂ ਜਦੋਂ ਇੱਥੇ ਲੈਂਟਰ ਪਾਇਆ ਹਨਾ ਤੇ ਫਿਰ ਥਾਂ ਕਿੰਨਾ ਕਿਵੇਂ ਛੜਾਇਆ ਮਿਣਕੇ ਛੜਾਇਆ ਵੀ ਇੱਥੇ ਮੁਰਗੀਆਂ ਰੱਖਣੀਆਂ ਥੱਲੇ ਬਿੱਠਾਂ ਡੈਕਦੀਆਂ ਹੋ ਜਾਂ ਮਿਣਕੇ ਬਣਾਇਆ ਹੋਇਆ ਜੀ ਇਹ ਮਤਲਬ ਉਦੋਂ ਛੱਪੜ ਦੀ ਸਫਾਈ ਕਰੀ ਸੀ ਉਦੋਂ ਬਣਾਇਆ ਜੀ ਇਹ ਹਾਂਜੀ ਹਾਂ ਇਹਨੂੰ 11-12 ਸਾਲ ਹੋ ਗਏ ਜੀ ਬਣੇ ਨੂੰ ਵਧੀਆ ਫਾਰਮ ਦਾ ਕੰਮ ਵੀ ਵਧੀਆ ਜੀ ਮੁਰਗੀ ਫਾਰਮ ਦਾ ਵੀ ਕੰਮ ਵਧੀਆ ਮੱਛੀ ਫਾਰਮ ਦਾ ਵੀ ਕੰਮ ਵਧੀਆ ਜੀ ਅਤੇ ਆਂਡੇ ਕਿਵੇਂ ਆਉਂਦੇ ਆ ਜਿਵੇਂ ਹੁਣ ਮੂਹਰੇ ਆ ਜਾਂਦੇ ਰੁੜ ਕੇ ਪਿੱਛੋਂ ਕੀ ਪਿੱਛੋਂ ਮਤਲਬ ਢਾਲ ਹੈ ਜੀ ਜਦੋਂ ਮੁਰਗੀ ਅੰਡਾ ਧਰਦੀ ਆ ਰੁੜ ਕੇ ਮੂਹਰੇ ਆ ਜਾਂਦਾ ਜੀ ਜਿਵੇਂ ਆਹ ਪਿੱਛੋਂ ਢਾਲ ਆ ਇਹਨੇ ਰੁੜ ਕੇ ਇੱਥੇ ਆ ਜਾਣਾ ਹਾਂ ਜੇ ਪਿੱਛੇ ਆਂਡੇ ਖੜਨ ਤਾਂ ਫਿਰ ਉੱਤੇ ਬਿੱਠਾਂ ਡਿੱਗੀ ਜਾਣਗੀਆਂ ਆਂਡੇ ਲਿਬੜੀ ਜਾਣਗੇ ਜੀ ਹੁਣ ਅਤੇ ਇਹਨਾਂ ਨੂੰ ਕੀ ਪਾਉਂਦੇ ਹੋ ਫੀਡ ਇਹਨਾਂ ਨੂੰ ਇਹਨਾਂ ਨੂੰ ਫੀਡ ਆਹੀ ਫੀਡ ਜਿਹੜੀ ਮੁਰਗੀਆਂ ਨੂੰ ਉੱਥੇ ਬਣਦੀ ਹੈ ਜਿਵੇਂ ਅਸੀਂ ਤਵੇ ਤੋਂ ਲੈ ਕੇ ਆਉਂਦੇ ਹਾਂ ਤਵੇ ਪੋਲਟਰੀ ਫਾਰਮ ਹੈ ਬਹੁਤ ਵੱਡਾ ਉਹਨਾਂ ਤੋਂ ਫੀਡ ਲਿਆਉਂਦੇ ਹਾਂ ਜੀ ਉਹ ਬਣਾਉਂਦੇ ਉਹਨਾਂ ਕੋਲ ਫੈਕਟਰੀ ਹੈ ਉੱਥੋਂ ਮੰਗਾਉਂਦੇ ਰੋਜ਼ ਦੀ ਕਿੰਨਾ ਖਰਚਾ ਆਉਂਦਾ ਫੀਡ ਦਾ ਫੀਡ ਕੁਇੰਟਲ ਫੀਡ ਰੋਜ਼ ਦੀ ਖਾ ਜਾਂਦੀਆਂ ਜੀ ਮੁਰਗੀਆਂ 1100 ਮੁਰਗੀ ਕੁਇੰਟਲ ਫੀਡ ਖਾਂਦੀ ਖਾਂਦੀ ਹੈ ਜੀ ਖਾਂਦੀ ਹੈ ਮੰਨ ਲਓ ਇਹ 90% ਦੀ ਐਵਰੇਜ ਆਂਡੇ ਦੀ ਹੁੰਦੀ ਹੈ ਜੀ ਹਾਂ 90% ਆਂਡਾ ਧਰਦੀ 1100 ਜਿਹੜੀ ਮੁਰਗੀ ਆ ਵੀ 900 ਆਂਡਾ ਦੇ ਦਿੰਦੀ ਆ ਮੰਨ ਲਓ 1100 ਮੁਰਗੀ 1000 ਆਂਡਾ ਜੀ 90% ਦੀ ਇਹਦੀ ਐਵਰੇਜ ਆਉਂਦੀ ਹੈ ਜੀ ਹਾਂਜੀ 2 ਸਾਲ ਇਹ ਮੁਰਗੀ ਆਂਡਾ ਦਿੰਦੀ ਹੈ ਜੀ ਉਸ ਤੋਂ ਬਾਅਦ ਇਹ ਬਦਲ ਕੇ ਨਵੀਂ ਪਾਉਣੀ ਪੈਂਦੀ ਹੈ ਜੀ ਕਿਹੜੀ ਨਸਲ ਕਿਹੜੀ ਹੈ ਇਹ ਬਸ ਇਹ ਜਾਂ ਤਾਂ ਬਿੱਗ ਕੌਕ ਪਾਉਣੇ ਆ ਜਾਂ ਸਕਾਈ ਲਾਰਪ ਜੀ ਹਾਂਜੀ ਹਾਂ ਦੋ ਹੀ ਜ਼ਿਆਦਾਤਰ ਚੱਲਦੀਆਂ ਜੀ ਇਹ ਸਕਾਈ ਲਾਰਪ ਆ ਜਾਣੀ ਅਤੇ ਜਾਨਵਰ ਫਿਰ ਤੁਸੀਂ ਬਦਲਦੇ ਹੋ ਜਾਂ ਮਤਲਬ ਇਹ 2 ਸਾਲਾਂ ਬਾਅਦ ਬਦਲਦੇ ਜੀ ਹਾਂ 2 ਸਾਲ ਹੀ ਮੁਰਗੀ ਅੰਡਾ ਧਰਦੀ ਹੈ ਜੀ ਉਸ ਤੋਂ ਬਾਅਦ ਫਿਰ ਇਹ ਜਮ੍ਹਾਂ ਘੱਟ ਜਾਂਦੀ ਹੈ ਅੰਡੇ 'ਤੇ ਫੀਡ ਵੱਧ ਖਾਣ ਲੱਗ ਜਾਂਦੀ ਹੈ ਇਹ 2 ਸਾਲਾਂ ਬਾਅਦ ਨਵੀਂ ਪਾਉਂਦੇ ਆ ਜੀ ਹਾਂਜੀ ਅਤੇ ਪਹਿਲੀ ਵਾਰੀ ਜੇ ਮੈਂ ਪੁੱਛਿਆ ਜਾਨਵਰ ਕਿੱਥੋਂ ਲਿਆਉਂਦੇ ਸੀਗੇ ਇਹ ਤੁਸੀਂ ਇਹ ਤਵੇ ਤੋਂ ਲਿਆਉਣੇ ਜੀ ਟੈਂਕੂ ਪੋਲਟਰੀ ਹੋਣੇ ਹਾਂ ਉਹਨਾਂ ਦੀ ਲਿਆਉਣੇ ਜੀ 4.5 ਮਹੀਨਿਆਂ ਦੀ ਮੁਰਗੀ ਪਲੀ ਵੀ ਜਮ੍ਹਾਂ ਅੰਡੇ 'ਤੇ ਹਾਂ ਤੁਸੀਂ ਆਪ ਨਹੀਂ ਮਤਲਬ ਬਰੀਡਿੰਗ ਦਾ ਨਹੀਂ ਨਹੀਂ ਉਹ ਨਹੀਂ ਜੀ ਫਿਰ ਇੰਨੀ ਤਾਂ ਫਿਰ ਟੀਕੇ ਨਹੀਂ ਲਾਉਣ ਆਉਂਦਾ ਜੀ ਕੋਈ ਜਿਵੇਂ ਡਾਕਟਰ ਦੇ ਟੀਕੇ ਲੱਗਦੇ ਆ 4.5 ਮਹੀਨਿਆਂ ਤੱਕ ਉਹ ਸਾਰੇ ਟੀਕੇ ਟ੍ਰੀਟਮੈਂਟ ਪੂਰੀ ਹੋਈ ਹੁੰਦੀ ਹੈ ਜੋ ਲੈ ਕੇ ਆਉਂਦੇ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਜੀ 2 ਸਾਲ ਵਧੀਆ ਅੰਡਾ ਧਰਦੀ ਹੈ ਕੋਈ ਇਹਦੀ ਪ੍ਰੋਬਲਮ ਨਹੀਂ ਕੋਈ ਬਿਮਾਰੀ ਬਿਮੂਰੀ ਨਹੀਂ ਲੱਗਦੀ ਇਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਜੀ ਇਹਨੂੰ ਮੁਰਗੀ ਨੂੰ ਆਪਣੇ ਕਿਤੇ ਨਹੀਂ 10-12 ਸਾਲ ਹੋ ਗਏ ਕੋਈ ਕਿਤੇ ਦਿੱਕਤ ਨਹੀਂ ਹੈ ਜੀ ਨਾ ਇਹ ਮੁਰਗੀ ਫਾਰਮ 'ਚ ਆਈ ਹੈ ਨਾ ਮੱਛੀ ਫਾਰਮ 'ਚ ਕਿਤੇ ਕੋਈ ਦਿੱਕਤ ਆਈ ਹੈ ਜੀ ਅਤੇ ਜੇ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਰੋਜ਼ ਦੀ ਫੀਡ ਕਾਫੀ ਮਹਿੰਗੀ ਹੋ ਜਾਂਦੀ ਹੋਣੀ ਆ ਕੁਇੰਟਲ ਫੀਡ ਹਾਂ 2600 ਨੂੰ ਕੁਇੰਟਲ ਆ ਜੀ 2600 ਦੀ ਫੀਡ ਰੋਜ਼ ਖਾਂਦੀਆਂ ਮੁਰਗੀ ਖਾਂਦੀ ਹੈ ਜੀ ਖਾਂਦੀ ਹੈ ਅਤੇ ਆਂਡਿਆਂ ਆਂਡੇ ਹੀ ਵਿਕਦੇ ਆ ਰੋਜ਼ ਫਿਰ ਹਾਂ ਆਂਡੇ ਸਾਡੇ ਤਾਂ ਤਕਰੀਬਨ ਘਰੋਂ ਹੀ ਵਿਕ ਜਾਂਦੇ ਜੀ ਲੋਕਲ 'ਚ ਹੀ ਵਿਕ ਜਾਂਦੇ ਆ ਹਾਂ ਕੋਈ ਟ੍ਰੇਲ ਹੈਗਾ ਦੂਰ ਹੈਗਾ ਕੋਈ ਆਂਡੇ ਦੀ ਦਿੱਕਤ ਨਹੀਂ ਜੀ ਹਾਂਜੀ ਅਤੇ ਆਮਦਨ ਕਿੰਨੀ ਕੁ ਹੋ ਜਾਂਦੀ ਆ ਡੇਲੀ ਬੇਸਿਸ 'ਤੇ ਪੋਲਟਰੀ ਫਾਰਮ ਤੋਂ ਜਿਹੜਾ ਪੋਲਟਰੀ ਫਾਰਮ ਦਾ ਕੰਮ ਹੈ ਜੀ ਦੇਖੋ ਮੁਰਗੀ ਹੁੰਦੀ ਆ ਮਹਿੰਗੀ ਇਹ ਇਹਦੀ ਜਿਹੜੀ ਆਮਦਨ ਹੈ ਇਹਦਾ ਮਤਲਬ ਬੱਤੀ ਆ ਇਹਦੇ ਨਾਲ ਜਿਹੜੀ ਮੱਛੀ ਫਾਰਮ ਦੀ ਆਮਦਨ ਹੈ ਉਹ ਸਾਨੂੰ ਫ੍ਰੀ 'ਚ ਵਧੀਆ ਮਿਲਦੀ ਹੈ ਹਾਂ ਜੀ ਉਹਨੂੰ ਫੀਡ ਨਹੀਂ ਪਾਉਣੀ ਪੈਂਦੀ ਜੀ ਇਸ ਤੋਂ ਹੀ ਮਤਲਬ ਹਾਂ ਮੱਛੀ ਪਲਦੀ ਹੈ ਜੀ ਫੀਡ ਨੂੰ ਮਤਲਬ ਇਹਦੀ ਜਿਵੇਂ ਮੈਂ ਪੁੱਛ ਰਿਹਾ ਸੀ ਡੇਲੀ ਬੇਸਿਸ ਤੇ ਆਂਡੇ ਕਿੰਨੇ ਕੁ ਵਿਕ ਜਾਂਦੇ ਆ ਆਂਡੇ ਮੰਨ ਲਓ 4,4500 ਦੇ ਵਿਕੀ ਜਾਂਦੇ ਆ ਜੀ ਰੋਜ਼ ਦੇ ਹਾਂਜੀ 2500 ਦੀ ਫੀਡ ਆ ਤਾਂ 2,000 ਰੁਪਈਆ ਮੁਰਗੀਆਂ ਜਿਹੜੀਆਂ ਛੱਡ ਜਾਂਦੀਆਂ ਬਚਾ ਜਾਂਦੀਆਂ ਹਾਂਜੀ ਹਾਂਜੀ ਛੱਡਦੀਆਂ ਜੀ ਆਂਡਿਆਂ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਵੇਂ ਜਦੋਂ ਆਂਡੇ ਨਹੀਂ ਦਿੰਦੀਆਂ ਮੁਰਗੀਆਂ 2 ਸਾਲਾਂ ਨੂੰ ਹਨਾ ਉਸ ਤੋਂ ਬਾਅਦ ਫਿਰ ਮੁਰਗੀਆਂ ਵੇਚ ਦਿੰਦੇ ਹੋ ਮੁਰਗੀਆਂ ਵੇਚਦੇ ਜੀ 50 ਰੁਪਈਏ ਦਾ ਪੀਸ ਵਿਕਦਾ ਜੀ ਇੱਕ ਜੀ 300 ਰੁਪਈਏ ਦੀ ਅਸੀਂ ਲਿਆਉਂਦੇ ਹਾਂ ਜੀ ਉਦੋਂ 250 ਰੁਪਈਆ ਮੁਰਗੀ 'ਚ ਪੈਂਦਾ ਜੀ ਅਤੇ ਆਮਦਨ ਜੇ ਮੈਂ ਪੁੱਛਾਂ ਸਾਲ ਦੀ ਆਮਦਨ ਕਿੰਨੀ ਕੁ ਹੋ ਜਾਂਦੀ ਆ ਮੱਛੀ ਪਾਲਣ ਜੀ ਇਹਦੇ ਵਿੱਚੋਂ ਹੁਣ ਮੰਨ ਲਓ 1100 ਮੁਰਗੀ ਹੈ 3.5 ਲੱਖ ਰੁਪਈਆ ਉਹ ਵੀ ਕੱਢਣਾ ਜੀ 2000 ਰੁਪਈਏ ਨਾਲ ਲਾ ਲਓ ਸਾਲ ਦਾ ਮੰਨ ਲਓ 3.5 ਲੱਖ ਉਹ ਕੱਢ ਕੇ ਯਾਨੀ ਮੇਰੇ ਹਿਸਾਬ ਨਾਲ 3.5 ਲੱਖ ਰੁਪਈਆ ਇਹ 'ਚੋਂ ਬਚ ਜਾਂਦਾ ਜੀ ਫਾਰਮ 'ਚੋਂ ਅਤੇ ਮੱਛੀ ਪਾਲਣ 'ਚੋਂ ਮੱਛੀ ਪਾਲਣ ਦਾ ਜਿਹੜੀ ਆਮਦਨ ਹੈ ਇਹ ਮਤਲਬ 25-30 ਕੁਇੰਟਲ 1 ਏਕੜ ਦੀ ਮੱਛੀ ਹੁੰਦੀ ਹੈ ਜੀ ਮੰਨ ਲਓ 2.5 ਏਕੜ ਦੀ ਮੰਨ ਲਓ 70-75 ਕੁਇੰਟਲ ਮੱਛੀ ਹੁੰਦੀ ਹੈ ਜੀ 1 ਸਾਲ ਦੀ ਯਾਨੀ 90-95 ਰੁਪਈਏ ਵਿਕਦੀ ਹੈ ਜੀ ਇਹਦਾ ਭਾਅ ਹੈ ਕਿਲੋ ਦਾ ਅੰਦਾਜ਼ਨ ਜੇ ਆਪਾਂ ਲਾਈਏ ਓਵਰਆਲ ਕਿੰਨੀ ਇਨਕਮ ਕੱਢਦੇ ਹੋ ਤੁਸੀਂ ਸਾਲ ਦੀ ਦੋਵਾਂ ਕੰਮਾਂ 'ਚੋਂ ਦੋਵਾਂ ਕੰਮਾਂ ਦੀ ਹੈਗੀ ਜੀ 8-10 ਲੱਖ ਦੀ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਹੋ ਪੂਰਾ ਵਧੀਆ ਜੀ ਪੂਰਾ ਵਧੀਆ ਕੋਈ ਵੀ ਕਿਸੇ ਗੱਲ ਦੀ ਦਿੱਕਤ ਨਹੀਂ ਜੀ ਜੇ ਕਿਸੇ ਨੇ ਸ਼ੁਰੂ ਕਰਨਾ ਹੋਵੇ ਕਿਸੇ ਕਿਸਾਨ ਨੇ ਕੋਈ ਦੇਖ ਰਿਹਾ ਹੋਊਗਾ ਆਪਾਂ ਨੂੰ ਕੋਈ ਸਲਾਹ ਦੇਣਾ ਚਾਹੋਗੇ ਬਹੁਤ ਆਉਂਦੇ ਜੀ ਹਾਂ ਹਾਂ ਹਰੇਕ ਨੂੰ ਵਧੀਆ ਸਲਾਹ ਦੇਈਦੀ ਹੈ ਹਰੇਕ ਨੂੰ ਦੱਸੀਦਾ ਵੀ ਐਂ ਬਣਾਓ ਟ੍ਰੇਨਿੰਗ ਦੇ ਦਿੰਦੇ ਹੋ ਤੁਸੀਂ ਹਾਂ ਤਾਂ ਜਿਹੜੇ ਬੰਦੇ ਇੱਥੇ ਆਉਂਦੇ ਆ ਜੀ ਹਰੇਕ ਨੂੰ ਦੱਸੀਦਾ ਦਿਖਾਈਦਾ ਵੀ ਭਾਈ ਐਂ ਬਣ ਜੂ ਕੋਈ ਵਾਲਾ ਇਹਦੇ ਖਰਚਾ ਨਹੀਂ ਆਉਂਦਾ ਵੀ ਕੰਮ ਵਧੀਆ ਇਹ ਬਸ ਜਿਹੜਾ ਮੱਛੀ ਫਾਰਮ ਦਾ ਇਹਦਾ 2 ਹੀ ਗੱਲਾਂ ਦੇਖਣੀਆਂ ਚਾਹੀਦੀਆਂ ਜੀ ਜਿਹੜੀ ਮਿੱਟੀ ਹੈ ਇਹਦੀ ਬਸ ਇੱਕ ਤਾਂ ਪਿੱਸੀ ਮਿੱਟੀ ਨਾ ਹੋਵੇ ਇੱਕ ਰੋੜਾਂ ਵਾਲੀ ਨਾ ਹੋਵੇ ਬਸ ਵਧੀਆ ਮਿੱਟੀ ਹੋਵੇ ਵਧੀਆ ਇਹਦਾ ਪਾਣੀ ਹੋਵੇ
ਫਿਰ ਮੱਛੀ ਵਧ ਗਿਆ ਪਲਦੀ। ਪਾਣੀ ਫਿਰ ਕਿਹੜਾ ਲਾਉਂਦੇ ਹੋ ਤੁਸੀਂ, ਮੋਟਰ ਦਾ ਹੀ ਕਿ ਕੱਸੀ ਦਾ? ਮੋਟਰ ਦਾ ਹੀ ਇੱਕ ਨੰਬਰ ਪਾਣੀ ਹੈ ਜੀ। ਹਾਂ ਇੱਕ ਨੰਬਰ ਪਾਣੀ ਇਹ 'ਚ ਵਰਤਦੇ ਹਾਂ ਜੀ, ਮਾੜਾ ਪਾਣੀ ਨਹੀਂ ਇਹ 'ਚ ਵਰਤਿਆ ਜਾਂਦਾ ਜੀ। ਇਹ ਜਿਵੇਂ ਵਿੱਠਾਂ ਹਨਾ ਥੱਲੇ ਡੈਕਦੀਆਂ ਗੀਆਂ ਤੇ ਉਹ ਤਾਂ ਇੱਕ ਥਾਂ ਤੇ ਖੜਨਾ ਜਾਂਦੀਆਂ ਹੋਣਗੀਆਂ ਵੀ ਇੱਕੋ ਸਾਈਡ ਤੇ ਖੜਦੀਆਂ ਜੀ? ਜਿਹੜੀ ਬੈਠਾ ਥੱਲੇ ਡਿੱਗਣ ਸਾਰੇ ਪਾਣੀ 'ਚ ਘੁਲ ਜਾਂਦੀ ਹੈ ਜੀ। ਹਾਂ ਮੱਛੀ ਨੇ ਜਿਹੜੀ ਖੁਰਾਕ ਲੈਣੀ ਹੈ ਉਹ ਪਾਣੀ ਤੋਂ ਹੀ ਲੈਣੀ ਹੈ ਜੀ। ਹਾਂ ਮੱਛੀ ਸਾਰੀ ਜ਼ਿਆਦਾਤਰ ਇਹਦੇ ਥੱਲੇ ਹੀ ਆਉਂਦੀ ਹੈ ਜੀ, ਇੱਥੋਂ ਖੁਰਾਕ ਲੈ ਕੇ ਲੰਘ ਜਾਂਦੀ ਹੈ ਜੀ। ਹਾਂ ਹੁਣ ਜਿਹੜੀ ਮੱਛੀ ਆ ਉਹ ਮੋਸਟਲੀ ਇਹਦੇ ਥੱਲੇ ਹੋਊ, ਹੁਣ ਸਿਆਲ ਦਾ ਕਰਕੇ ਮੱਛੀ ਥੱਲੇ ਹੁੰਦੀ ਹੈ ਜੀ, ਜਦੋਂ ਮਤਲਬ ਹਾਂ ਗਰਮੀ ਆ ਗਈ ਆ 20 ਦਿਨਾਂ ਨੂੰ ਫਿਰ ਸਾਰੀ ਮੱਛੀ ਇਹਦੇ ਥੱਲੇ ਤਾਂ ਹੀ ਆਉਣ ਲੱਗ ਜਾਂਦੀ ਹੈ, ਤਾਂ ਹੀ ਖੁਰਾਕ ਲੈ ਕੇ ਇੱਥੋਂ ਚਲੀ ਜਾਂਦੀ ਹੈ ਜੀ। ਹੁਣ ਮਤਲਬ ਤਾਂ ਹੀ ਆਪਾਂ ਨੂੰ ਇੱਥੇ ਦਿਸ ਨਹੀਂ ਰਹੀਆਂ ਮੱਛੀਆਂ? ਹਾਂਜੀ ਹਾਂਜੀ ਹਾਂਜੀ, ਠੰਡ ਆ ਨਾ, ਠੰਡ ਦਾ ਕਰਕੇ ਮੱਛੀ ਥੱਲੇ ਹੁੰਦੀ ਹੈ। ਤੁਹਾਡੇ ਯਾਰ ਦੋਸਤ ਜਾਂ ਹੋਰ ਕੋਈ ਮਿੱਤਰ ਆਉਂਦੇ ਹੋਣਗੇ, ਕਦੇ ਕਿਸੇ ਨੇ ਮਨ 'ਚ ਆਇਆ ਨਹੀਂ ਵੀ ਮੈਂ ਵੀ ਕਰਾਂ ਕੰਮ ਇਹ? ਬਸ ਜੀ ਜਿਹੜਾ ਕੋਈ ਆਉਂਦਾ ਮੈਂ ਤਾਂ ਉਹਨਾਂ ਨੂੰ ਇਹੀ ਸਲਾਹ ਦਿੰਦਾ ਵੀ ਵਧੀਆ ਧੰਦਾ ਹੈ, ਵੀ ਖੇਤੀਬਾੜੀ ਦੇ ਨਾਲ ਇਹ ਵੀ ਸਹਾਇਕ ਧੰਦਾ ਹੈ ਅਤੇ ਖਰਚਾ ਘੱਟ ਹੈ, ਵੀ ਕੇਰਾਂ ਖਰਚਾ ਕਰਕੇ 10 ਸਾਲ ਵਧੀਆ ਆਮਦਨ ਦਿੰਦਾ ਇਹ, ਫਿਰ ਆਪਾਂ ਲੋਕਾਂ ਦਾ ਆਪੋ ਆਪਣਾ ਮਨ ਹੈ ਜੀ। ਮੱਛੀਆਂ ਫਿਰ ਇੱਥੋਂ ਹੀ ਲੈ ਜਾਂਦੇ ਠੇਕੇਦਾਰ ਜਾਂ ਤੁਸੀਂ ਤੁਹਾਨੂੰ ਸੇਲ ਕਰਨੀਆਂ? ਇੱਥੋਂ ਜੀ ਮੱਛੀ ਦੀ ਤਾਂ ਇੰਨੀ ਮੰਗ ਹੈ ਜੀ, ਰੋਜ਼ ਦੇ 5-5 10-10 ਫੋਨ ਆਉਂਦੇ ਆ, ਲੁਧਿਆਣੇ ਤੋਂ ਪਾਲਟੀਆਂ ਆਉਂਦੀਆਂ ਜੀ, ਅਸੀਂ ਤਾਂ ਮਹੀਨੇ ਬਾਅਦ ਇੱਕ ਗੇੜਾ ਲਵਾਉਂਦੇ ਹਾਂ ਜੀ 6-7 ਕੁਇੰਟਲ ਦਾ, ਮਹੀਨੇ ਬਾਅਦ ਹੀ ਕਢਾਉਂਦੇ ਹਾਂ ਜੀ, ਇਕੱਠੀ ਮੱਛੀ ਨਹੀਂ ਕਢਾਉਂਦੇ, ਕਿਉਂ ਐਂ ਮਹੀਨੇ ਬਾਅਦ ਫਿਰ ਮੱਛੀ ਸਾਰੀ ਹਿੱਲ ਜਾਂਦੀ ਹੈ ਜੀ। ਅੱਛਾ ਕੱਢਦੇ ਕਿਵੇਂ ਫਿਰ? ਜਾਲ ਨਾਲ ਕੱਢਦੇ? ਜਾਲ ਹੀ ਜਾਲ ਉਹਨਾਂ ਕੋਲ, ਬਹੁਤ ਵੱਡੇ ਜਾਲ ਹੁੰਦੇ ਜੀ, ਹਾਂ ਉਹਦੇ ਨਾਲ ਕੱਢਦੇ ਨੇ, ਵੱਡੀ ਮੱਛੀ ਆ ਜਿਹੜੀ ਉਹ ਲੈ ਜਾਣੀ ਆ, ਛੋਟੀਆਂ ਛੱਡ ਜਾਣਗੀਆਂ ਵਿੱਚੇ। ਛੋਟੀਆਂ ਕਿਉਂ ਛੱਡ ਜਾਂਦੇ? ਛੋਟੀ ਫਿਰ ਸਾਈਜ਼ ਛੋਟਾ ਹੁੰਦਾ ਜਿਹੜਾ, ਉਹ ਵੱਡਾ ਸਾਈਜ਼ ਜਿਹੜਾ ਕਰਿਆ ਹੁੰਦਾ ਉਹਨਾਂ ਉਹ ਲੈ ਜਾਂਦੇ ਜੀ। ਮੱਛੀ ਦੀ ਕਿਹੜੀ ਬਰੀਡ ਆ ਤੁਹਾਡੇ ਕੋਲ? ਰੋਹੂ, ਮਰਾਕ, ਕਤਲਾ ਅਤੇ ਗੋਲਡਨ ਜੀ, 4 ਹੀ ਬਰੀਡ ਹੈ ਜੀ। ਕੋਈ ਦਿੱਕਤ ਮੱਛੀ ਵਾਲੇ ਪਾਸੇ? ਕੋਈ ਦਿੱਕਤ ਨਹੀਂ, 1% ਵੀ ਦਿੱਕਤ ਨਹੀਂ, ਮੱਛੀ ਫਾਰਮ ਤਾਂ 27 ਸਾਲ ਹੋ ਗਏ ਬਣੇ ਨੂੰ। ਖਰਚਾ ਕਿੰਨਾ ਆਉਂਦਾ ਮੱਛੀ ਪਾਲਣ ਦੇ ਉੱਤੇ ਜਾਂ ਫਾਰਮ ਦੇ ਉੱਤੇ? ਫਾਰਮ 'ਤੇ ਪੈਸੇ ਲੱਗਦੇ ਤਾਂ ਤੁਸੀਂ ਦੱਸਤਾ ਵੀ ਹੈ ਨਾ, ਰੋਜ਼ ਦੀ ਫੀਡ 2500 ਦੀ ਪੈਂਦੀ ਹੈ, ਚਲੋ ਆਂਡਿਆਂ ਦੇ ਬਚਾ ਜਾਂਦੀਆਂ ਇਹ ਵੀ 2000 ਰੁਪਇਆ ਬਚਾ ਦਿੰਦੀਆਂ ਤੁਹਾਨੂੰ ਰੋਜ਼ ਦਾ ਹੈ ਨਾ। ਇੱਧਰ ਦੱਸੋ 2000 ਦੇ ਵਿੱਚੋਂ ਐਂ ਜੀ ਮੁਰਗੀ ਦਾ ਫਿਰ ਉਹ ਵੀ 300 ਰੁਪਈਏ ਦੀ ਜਿਹੜੀ ਪਹਿਲਾਂ ਲੱਗਿਆ 250 ਉਹ ਵੀ ਕੱਟਣਾ ਜੀ। ਹਾਂ ਜਾਨਵਰ ਪੈਂਦੇ ਜੀ, ਤਾਂ ਉਹ ਫਿਰ ਮੱਛੀਆਂ ਚੱਕਦੇ ਆ ਜੀ, ਸਾਡਾ ਧਾਗਾ ਲਾਇਆ ਜਾਨਵਰ ਆਉਂਦੇ ਨੀ, ਡਰਦੇ ਰਹਿੰਦੇ ਆ। ਮੱਛੀ ਇੱਥੋਂ ਨੇੜੇ ਹੁੰਦਾ ਨਹੀਂ ਕੋਈ, ਕੱਟ ਕੱਟ ਕੇ ਲੈ ਜਾਂਦਾ? ਨਾ ਜੀ ਨਾ, ਕੋਈ ਮੱਛੀ ਨਹੀਂ, ਆਪਣਾ ਘਰ ਹੈ ਵਿੱਚ ਜੀ, ਇੱਥੇ ਦਾ ਕੋਈ ਇਹੀ ਘਰ ਹੈ। ਹਾਂ ਦਿੱਕਤ ਨਹੀਂ ਆਉਂਦੀ ਜੀ, ਘਰੇ ਕਈ ਵਾਰੀ ਕੋਈ ਆ ਜਾਵੇ ਫਿਰ ਕੱਢ ਲੈਂਦੇ ਹੋ? ਨਹੀਂ ਜੀ, ਇਹ ਤਾਂ ਫਿਰ ਉਹੀ ਕੱਢ ਕੇ ਜਾਂਦੇ ਪਾਰਟੀਆਂ ਵਾਲੇ, ਉਹ ਮੱਛੀ ਉਵੇਂ ਨਹੀਂ ਮੱਛੀ ਨਿਕਲਦੀ ਜੀ। ਤੁਹਾਨੂੰ ਨਹੀਂ ਹਲੇ ਮਤਲਬ ਉਵੇਂ? ਨਾ ਅਸੀਂ ਨਹੀਂ ਕੱਢਦੇ ਜੀ, ਉਹ ਭਈ ਪਾਰਟੀਆਂ ਹੀ ਆਉਂਦੀਆਂ ਜੀ, ਉਹੀ ਲੈ ਕੇ ਜਾਂਦੇ ਜੀ। ਕੁਛ ਕਿਸਾਨਾਂ ਨੂੰ ਕਹਿਣਾ ਚਾਹੋਗੇ ਜਿਹੜੇ ਕਿਸਾਨ ਸਹਾਇਕ ਧੰਦੇ ਅਪਣਾਉਣਾ ਚਾਹੁੰਦੇ ਆ? ਹਾਂ ਮੈਂ ਤਾਂ ਕਿਸਾਨਾਂ ਨੂੰ ਇਹੀ ਰਾਇ ਦੇਣਾ ਵੀ ਮਿੱਤਰੋ ਕੰਮ ਕਰੋ, ਕੰਮ ਦੇ ਨਾਲ ਸਾਰਾ ਕੁਛ ਹੀ ਹੈ, ਖੇਤੀਬਾੜੀ ਵੀ ਕਰਦੇ ਆ, ਖੇਤੀਬਾੜੀ ਵੀ ਕੋਈ ਘਾਟੇ ਵਾਲਾ ਧੰਦਾ ਨਹੀਂ, ਅਤੇ ਮੱਛੀ ਫਾਰਮ ਦਾ ਕੰਮ ਹੈ, ਪੋਲਟਰੀ ਫਾਰਮ ਦਾ, ਪਸ਼ੂਆਂ ਦਾ ਕੰਮ ਹੈ, ਪਸ਼ੂਆਂ ਨੂੰ ਵੀ ਹੁਣ 4 ਪਾਉਣੇ ਆ ਸਾਲ ਭਰ, ਉਹ 'ਚ ਵੀ ਕੋਈ ਦਿੱਕਤ ਨਹੀਂ, ਕੋਈ ਖਿਆਈ ਨਹੀਂ, ਮਿਹਨਤ ਦੇ ਨਾਲ ਹੈ। ਇਹੀ ਕਿਸਾਨਾਂ ਨੂੰ ਰਾਇ ਦਿੰਦੇ ਵੀ ਭਰਾਵੋ ਮਿਹਨਤ ਕਰੋ, ਕੋਈ ਕੰਮ ਘਾਟੇ ਵਾਲਾ ਨਹੀਂ। ਜਿਵੇਂ ਤੁਸੀਂ ਕਿਹਾ ਕਿ 80 ਕਿੱਲਿਆਂ ਦੀ ਵਾਹੀ ਆ ਸਾਡੀ, ਦੂਜੇ ਪਾਸੇ ਮੱਛੀ ਪਾਲਣ ਵੀ ਹੈ, ਮੁਰਗੀਆਂ ਵੀ ਨੇ, ਫਿਰ ਟਾਈਮ ਮਿਲ ਜਾਂਦਾ ਸਾਰੇ ਪਾਸੇ? ਸਾਰੇ ਪਾਸੇ ਜੀ, ਕੋਈ ਇਹ 'ਚ ਦਿੱਕਤ ਨਹੀਂ ਜੀ, ਖੇਤੀਬਾੜੀ ਵੀ ਕੋਈ ਔਖੀ ਨਹੀਂ, ਹੁਣ ਤਾਂ ਮਸ਼ੀਨਰੀ ਦਾ ਕੰਮ ਆ, ਅੱਗੇ ਖਿਆਈ ਹੁੰਦੀ ਸੀਗੀ ਜੀ, ਜਦੋਂ ਹੱਥੀਂ ਕੰਮ ਸੀ, ਸਾਰਾ ਮਸ਼ੀਨਰੀ ਦਾ ਕੰਮ ਆ, ਮੋਟਰ ਆ, ਉੱਥੇ ਕੋਈ ਖਿਆਈ ਨਹੀਂ ਜੀ, ਇੱਕ ਵੀ ਭੋਰਾ ਵੀ ਦਿੱਕਤ ਨਹੀਂ ਕਿਸੇ ਵੀ ਕੰਮ ਜੀ। ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਧੰਨਵਾਦ। ਮੈਂ ਚਾਹੂੰਗਾ ਤੁਸੀਂ ਐਡਰੈਸ ਆਪਦਾ ਦੱਸ ਦਿਓ ਇੱਕ ਵਾਰ, ਜੇ ਕਿਸੇ ਨੇ ਆਉਣਾ ਹੋਇਆ ਤਾਂ ਤੁਹਾਡੇ ਨਾਲ ਸੰਪਰਕ ਕਰ ਦਿਓ। ਮੇਰਾ ਨਾਮ ਮਨਜੀਤ ਸਿੰਘ ਹੈ ਜੀ, ਪਿੰਡ ਅਲਕੜਾ ਜੀ, ਬਰਨਾਲੇ ਜ਼ਿਲ੍ਹੇ ਦਾ ਪਿੰਡ ਅਲਕੜਾ ਜੀ ਇਹ। ਜਦੋਂ ਮਰਜ਼ੀ ਕੋਈ ਆਵੇ ਆਪਾਂ ਰਾਇ ਸਲਾਹ ਚੰਗੀ ਦੇਵਾਂਗੇ ਜੀ। ਭਦੌੜ ਦੇ ਨਜ਼ਦੀਕ ਜਿਹੜਾ ਇਹਨਾਂ ਦਾ ਪਿੰਡ ਆ, ਅਤੇ ਕੋਈ ਵੀ ਜਿਹੜਾ ਆ ਸਕਦਾ, ਮੈਂ ਚਾਹੂੰਗਾ ਉਹਦਾ ਨੰਬਰ ਵੀ ਇੱਕ ਵਾਰ ਤੁਸੀਂ ਦੱਸ ਦਿਓ। ਨੰਬਰ ਮੇਰਾ ਹੈਗਾ 98-723-51-987 ਜੀ। ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਤੁਸੀਂ ਸਮਾਂ ਦਿੱਤਾ ਜੀ। ਓਕੇ ਬਾਈ ਜੀ, ਓਕੇ। ਇਹ ਸੀਗੇ ਬਾਈ ਮਨਜੀਤ ਸਿੰਘ, ਮੱਛੀ ਪਾਲਣ ਦੇ ਵਿੱਚ ਸਫਲ ਕਿਸਾਨ ਨੇ, ਅਤੇ ਦੂਜੇ ਪਾਸੇ ਪੋਲਟਰੀ ਫਾਰਮ ਵੀ ਖੋਲ੍ਹਿਆ ਹੋਇਆ ਇਹਨਾਂ ਨੇ, ਅਤੇ ਕਹਿ ਰਹੇ ਨੇ ਜਿਹੜੇ ਕਿਸਾਨ ਸਹਾਇਕ ਧੰਦੇ ਅਪਣਾਉਣਾ ਚਾਹੁੰਦੇ ਆ, ਖਾਸ ਕਰ ਮੱਛੀ ਪਾਲਣ ਪੋਲਟਰੀ ਫਾਰਮ, ਤਾਂ ਮੇਰੇ ਕੋਲ ਆ ਸਕਦੇ ਆ, ਮੈਂ ਉਹਨਾਂ ਦੀ ਮਦਦ ਕਰ ਸਕਦਾ, ਮੈਂ ਉਹਨਾਂ ਨੂੰ ਜੋ ਵੀ ਗਾਈਡ ਹੋਣ ਦੇ ਲਈ ਕੋਈ ਮੇਰੇ ਕੋਲ ਆਊਗਾ ਤਾਂ ਮੈਂ ਜਿਹੜਾ ਇੱਕ ਗਾਈਡ ਦੇ ਤੌਰ 'ਤੇ ਉਹਨਾਂ ਨੂੰ ਗਾਈਡ ਵੀ ਕਰਾਂਗਾ, ਅਤੇ ਨਾਲ ਜਿਹੜਾ ਮਦਦ ਵੀ ਕਰਾਂਗਾ, ਆਖਿਰ ਕਿਵੇਂ ਜਿਹੜਾ ਮੱਛੀ ਜਿਹੜਾ ਪਾਲਕ ਬਣਿਆ ਜਾ ਸਕਦਾ, ਅਤੇ ਨਾਲ ਨਾਲ ਕਿਵੇਂ ਜਿਹੜਾ ਪੋਲਟਰੀ ਫਾਰਮ ਦੇ ਨਾਲ ਵੀ ਜਿਹੜਾ ਆ ਚੰਗੀ ਆਮਦਨ ਪੈਦਾ ਕੀਤੀ ਜਾ ਸਕਦੀ ਹੈ, ਤਾਂ ਜੋ ਕਿਸਾਨਾਂ ਨੂੰ ਸਹਾਇਕ ਧੰਦੇ ਦਿੱਤੇ ਜਾ ਸਕਣ, ਕਣਕ ਅਤੇ ਝੋਨੇ ਦੇ ਗੇੜ 'ਚੋਂ ਕੱਢਿਆ ਜਾ ਸਕੇ। ਕੈਮਰਾਮੈਨ ਸੁਮਿਤ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਭਦੌੜ, ਬਰਨਾਲਾ।